ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਕਾਫੀ ਦਿਨਾਂ ਬਾਅਦ ਫਿਨਲੈਂਡ ਦੇ ਵਿੱਚ ਧੁੱਪ ਨਿਕਲੀ ਸੀ। ਮੈਂ ਕਿਹਾ ਚਲੋ ਨਾਲ ਧੁੱਪ ਲਾਉਂਦੇ ਯਾਰ, ਜਿੱਦਣ ਦੀ ਇੰਡੀਆ ਤੋਂ ਆਇਆ ਉੱਦਣ ਦੀ ਧੁੱਪ ਨਹੀਂ ਸੇਕੀ ਅਤੇ ਧੁੱਪ ਵੀ ਦੇਖੋ ਨਿਕਲੀ ਆ ਅਤੇ ਵਿਊ ਦੇਖੋ ਪਿੱਛੇ ਕਿੱਡਾ ਵਧੀਆ, ਸਾਰੇ ਪਾਸੇ ਸਨੋ ਹੀ ਸਨੋ ਹੈ। ਸੋ ਕਾਫੀ ਲੋਕ ਜਿਹੜੇ ਹੈਗੇ ਇੱਥੇ ਸਕੇਟਿੰਗ ਕਰਨ ਦੇ ਲਈ ਆਏ ਹੋਏ ਆ ਅਤੇ ਮੌਸਮ ਖੁੱਲ੍ਹਣ ਦੇ ਨਾਲ ਕਾਫੀ ਲੋਕ ਬਾਹਰ ਨਿਕਲੇ ਆ ਅਤੇ ਐਕਟੀਵਿਟੀਜ਼ ਕਰਦੇ ਪਏ ਆ। ਉਹ ਦੇਖੋ ਇੱਧਰ ਵੀ ਆਪਣੇ ਡੋਗਸ ਵਗੈਰਾ ਨੂੰ ਲੈ ਕੇ ਘੁੰਮਾ ਰਹੇ ਆ ਅਤੇ ਆਪਾਂ ਵੀ ਦੇਖਦੇ ਹਾਂ ਇੱਧਰ ਘੁੰਮ ਕੇ ਹੋਰ ਕਿਹੜੀ ਕਿਹੜੀ ਐਕਟੀਵਿਟੀ ਜਿਹੜੇ ਲੋਕਲ ਲੋਕ ਇੱਥੇ ਕਰਦੇ ਪਏ ਆ। ਆਹ ਦੇਖੋ ਕਿੱਡਾ ਸੋਹਣਾ ਕੁੱਤਾ, ਛੋਟਾ ਜਿਹਾ ਡੋਗ ਰੱਖਿਆ ਹੋਇਆ ਇਹਨਾਂ ਨੇ ਆਪਣੇ ਫਿਨਿਸ਼ ਲੋਕ। ਡੋਗਸ ਦੇ ਬੜੇ ਸ਼ੌਕੀਨ ਆ, ਦੇਖੋ ਕਿੱਡੀ ਵਧੀਆ ਬਰੀਡ ਹੈ। ਛੋਟਾ ਜਿਹਾ ਟੋਏ ਜਿਹਾ ਲੱਗਦਾ ਬਿਲਕੁਲ। ਇੱਥੇ ਜਿਹੜਾ ਲੋਕਾਂ ਨੂੰ ਹੈਗਾ ਨਾ ਡੋਗਸ ਨਾਲ ਬਹੁਤ ਪਿਆਰਾ, ਦੇਖੋ ਹੈ ਵਧੀਆ ਤੋਂ ਵਧੀਆ ਬਰੀਡਸ ਲੈ ਕੇ ਘੁੰਮਦੇ, ਛੋਟੀਆਂ ਵੱਡੀਆਂ ਹਰ ਤਰ੍ਹਾਂ ਦਾ ਡੋਗ ਤੁਹਾਨੂੰ ਦੇਖਣ ਨੂੰ ਮਿਲੂਗਾ। ਦੇਖੋ ਛੋਟੇ ਛੋਟੇ ਟੋਏ ਜਿਹੇ ਡੋਗ ਜਿਹੜੇ ਹੈਗੇ ਲਈ ਫਿਰਦੇ ਆ। ਰਸਤਾ ਬਹੁਤ ਸਲਿਪਰੀ ਆ ਫਰੈਂਡਸ, ਦੇਖੋ ਬਰਫ਼ ਜਦੋਂ ਪਿਘਲਦੀ ਆ ਤਾਂ ਫਿਰ ਇੱਦਾਂ ਦੀ ਦਿੱਕਤ ਆਉਂਦੀ ਆ, ਤੁਰਨ ਲੱਗੇ ਬਹੁਤ ਜ਼ਿਆਦਾ ਪੈਰ ਫਿਸਲਦੇ ਆ। ਸੋ ਜਦੋਂ ਵੀ ਤੁਸੀਂ ਆਓ ਵਿੰਟਰ ਦੇ ਵਿੱਚ ਤਾਂ ਬਹੁਤ ਹੀ ਵਧੀਆ ਸ਼ੂਜ਼ ਲੈ ਕੇ ਆਓ ਵੀ ਜਿਹੜੇ ਸਟੱਡ ਪ੍ਰੋਪਰਲੀ ਵਿੱਚ ਸਨੋਅ ਦੇ ਵਿੱਚ ਧੱਸ ਜਾਣ ਅਤੇ ਤੁਸੀਂ ਡਿੱਗੋ ਨਾ, ਵਾਕਿੰਗ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਦੇਖੋ ਆ ਭਰਾ ਆਰਾਮ ਨਾਲ ਹੌਲੀ ਹੌਲੀ ਚੱਲਦਾ ਪਿਆ, ਹਲਕੇ ਹਲਕੇ ਪੈਰ ਵੀ ਫਿਸਲਦੇ ਪਏ ਆ। ਸੋ ਬੜੇ ਧਿਆਨ ਨਾਲ ਜਿਹੜਾ ਜਾਣਾ ਪੈਂਦਾ। ਵਿਊ ਦੇਖੋ ਯਾਰ ਕਿੱਡਾ ਘੈਂਟਾ ਹੋਇਆ ਹੋਇਆ, ਬਰਫ਼ ਹੀ ਬਰਫ਼ ਹੋਈ ਪਈ। ਉਸਨੂੰ ਸਕੇਟਿੰਗ ਕਰਦੇ ਕੁਛ ਲੋਕ, ਇੱਕ ਇੱਥੇ ਐਕਟੀਵਿਟੀ ਹੈ ਕੋਈ, ਆਈ ਥਿੰਕ ਬੋਡੀ ਨੂੰ ਹੀਟ ਵਗੈਰਾ ਕਰਦੇ ਆ, ਸੋਨਾਸ ਕਹਿੰਦੇ ਆ ਇਹਨੂੰ, ਸੋਨਾਸ। ਸੋ ਉਹਦੇ ਵਿੱਚ ਥੋੜ੍ਹੀ ਦੇਰ ਹੀਟ ਕਰਕੇ ਬੋਡੀ ਨੂੰ ਬਾਅਦ 'ਚ ਫਿਰ ਇਹ ਠੰਡੇ ਪਾਣੀ ਦੇ ਵਿੱਚ ਕਹਿ ਲਓ ਕਿ ਡਿੱਪ ਲੈਂਦੇ ਆ। ਸੋ ਆਹ ਦੇਖੋ ਇੱਦਾਂ ਦੇ ਲੋਕਲ ਲੋਕ ਵੀ ਜਾ ਰਹੇ, ਇਹਨਾਂ ਨੂੰ ਪ੍ਰੈਕਟਿਸ ਬਹੁਤ ਆ ਤੁਰਨ ਦੀ, ਪੈਰ ਨਾ ਬਾਹਲਾ ਚੱਕਦੇ ਨੇ, ਨੀਚੇ ਸਲਾਈਡ ਸਲਾਈਡ ਜਿਹਾ ਕਰਕੇ ਜਾਂਦੇ ਆ। ਅਸੀਂ ਦਰਦੇ ਦਰਦੇ ਚੱਲਦੇ ਪਏ ਹਾਂ ਅਤੇ ਪੂਰੀ ਸਪੀਡ ਨਾਲ ਜਾ ਰਹੇ ਹਾਂ। ਹੈ ਤਾਂ ਵੈਸੇ ਸਾਰੇ ਪਾਸੇ ਜੰਗਲ ਟਾਈਪ ਹੀ ਆ, ਦੇਖੋ ਸਾਰਾ ਜੰਗਲ ਜਿਹਾ ਹੀ ਆ, ਉਹਦੇ ਅੰਦਰ ਹੀ ਸਨੋਅ ਪਈ ਹੋਈ ਹੈ। ਆਹ ਦੇਖੋ ਸ਼ਾਮ ਦੇ ਟਾਈਮ ਤਾਂ ਡਰ ਲੱਗਦਾ ਹੋਵੇ ਇਸ ਏਰੀਏ ਦੇ ਵਿੱਚ ਵੀ। ਸੋ ਜਾਨਵਰ ਜੂਨਵਰ ਤਾਂ ਹੋਣਗੇ ਰਾਤ ਨੂੰ। ਵੈਸੇ ਬਰਫ਼ ਇੰਨੀ ਪੈਂਦੀ ਆ ਦੇਖ ਲਓ, ਆਹ ਦੇਖੋ ਦਰਖਤ, ਐਂ ਲੱਗਦਾ ਜਿਵੇਂ ਦਰਖਤ ਦੇ ਉੱਤੇ ਕੱਛੂ ਕਾਮਾ ਚੜ੍ਹਦਾ ਹੁੰਦਾ, ਬਰਫ਼ ਸਨੋਅ ਦਾ ਬਣਿਆ ਹੋਇਆ। ਇੱਕ ਆ ਉੱਪਰ ਆ ਜਿਵੇਂ ਕੋਈ ਸਨੋਅ ਵਾਲੇ ਜੀਵ ਹੁੰਦੇ ਆ। ਉਹ ਆਹ ਬੰਦਾ ਭਰਾਵਾ ਮੇਰੇ ਨਾਲ ਆ, ਬਹੁਤ ਫੋਟੋਆਂ ਖਿੱਚਦਾ, ਜਿੱਥੇ ਜਗ੍ਹਾ ਮਿਲਦੀ ਆ ਜਦੀ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦਾ। ਕਹੀ ਜਾਂਦਾ ਵੀ ਹਨੇਰਾ ਹੋ ਗਿਆ ਵਾ ਵੀ ਛੇਤੀ ਚੱਲਦੇ ਆਪਾਂ ਬਾਹਰ ਨੂੰ ਨਿਕਲੀਏ ਇੱਥੋਂ, ਹੁਣ ਉੱਥੇ ਕੋਈ ਲਾਈਟਿੰਗ ਵਗੈਰਾ ਵੀ ਹੈ ਨਹੀਂ, ਐਵੇਂ ਬਾਅਦ 'ਚ ਫਿਰ ਦਿੱਕਤ ਹੋਊਗੀ। ਉਹ ਆ ਜਾਓ ਹਰਸ਼ ਭਾਈ, ਜਲਦੀ ਆ ਜਾਓ ਯਾਰ। ਸੋ ਡੋਗਸ ਦੀਆਂ ਆਪਾਂ ਨੂੰ ਬਹੁਤ ਬਰੀਡਸ ਦੇਖਣ ਨੂੰ ਮਿਲਦੀਆਂ ਨੇ, ਦੇਖੋ ਆ ਹੋਰ ਆ ਜੀ। ਸੋ ਇੱਥੇ ਜਗ੍ਹਾ ਬਣੀ ਹੋਈ ਹੈ ਜੀ ਕੁਛ ਐਕਟੀਵਿਟੀਜ਼ ਕਰਨ ਨੂੰ। ਆਹ ਦੇਖੋ ਛੋਟੇ ਛੋਟੇ ਕਿਊਟ ਬੱਚੇ ਫਿਨਿਸ਼ ਦੇ, ਕਿੰਨੇ ਸੋਹਣੇ ਆ। ਸੋ ਲੱਗੇ ਹੋਏ ਆਪਣੀਆਂ ਬੱਚਿਆਂ ਨੇ ਖੇਡਾਂ ਕਰਨ, ਕੁਛ ਖਾਣ ਲੱਗੇ ਆ, ਕੁਛ ਸ਼ਰਾਰਤਾਂ ਕਰਨ ਲੱਗੇ ਹੋਏ ਆ। ਪੁੱਛਦੇ ਇਹਨਾਂ ਨੂੰ ਕਿ ਇਹ ਕੀ ਜਗ੍ਹਾ ਹੈਗੀ ਹੈ। ਵੈਸੇ ਹੈ ਜੀ ਇਹ ਜਗ੍ਹਾ ਪਾਰਟੀ ਵਗੈਰਾ ਜਿੱਦਾਂ ਬਾਰਬੀਕਿਊ ਵਗੈਰਾ ਆਪਾਂ ਕਰਦੇ ਹਾਂ, ਤੋ ਖਾਣ ਪੀਣ ਦਾ ਸਮਾਨ ਲੈ ਕੇ ਆਓ, ਅੰਦਰ ਕੋਲੇ ਵਗੈਰਾ ਵੀ ਰੱਖ ਸਕਦੇ ਹੋ, ਲੱਕੜਾਂ ਲੈ ਕੇ ਆਓ, ਅੱਗ ਬਾਲ ਕੇ ਬੈਠੋ ਆਰਾਮ ਨਾਲ ਅਤੇ ਖਾਓ ਪੀਓ ਅਤੇ ਇੰਜੋਏ ਕਰੋ। ਇੱਧਰ ਦੇਖੋ ਸਾਰੀ ਜਗ੍ਹਾ ਜਿਹੜੀ ਹੈਗੀ ਆ ਸਕੇਟਿੰਗ ਵਾਸਤੇ ਆ। ਸੋ ਆਹ ਲੋਕ ਜਿਹੜੇ ਆ ਹੈਗੇ ਵਿੱਚ ਆ ਰਹੇ ਨੇ ਸਕੇਟਿੰਗ ਵਗੈਰਾ ਕਰਨ ਵਾਸਤੇ, ਤੁਸੀਂ ਦੇਖ ਸਕਦੇ ਹੋ। ਉਹ ਦੇਖੋ ਇੱਕ ਆਂਟੀ ਜੀ ਘੁੰਮ ਰਹੇ ਉੱਧਰ ਸਕੇਟਿੰਗ ਦੇ ਜੀ। ਉਹ ਸਾਰਾ ਏਰੀਆ ਦੇਖੋ ਸਕੇਟਸ ਵਾਸਤੇ ਆ, ਸਕੇਟਿੰਗ ਕਰਨੀ ਆ ਅਤੇ ਜਿਹੜੇ ਵੀ ਲੋਕ ਸ਼ੌਕੀਨ ਹੈਗੇ ਇੱਥੇ ਆ ਕੇ ਕਰਦੇ ਆ ਸਕੇਟਿੰਗ ਦਾ ਸਾਰਾ। ਅਤੇ ਵਧੀਆ ਰਿਹਾ ਫਰੈਂਡਸ ਅੱਜ ਜਿਹੜਾ ਵੀ ਇੱਕ ਦੋ ਘੰਟੇ ਘੁੰਮੇ ਆ, ਬਹੁਤ ਵਧੀਆ ਲੱਗਿਆ। ਧੁੱਪ ਸੀਗੀ ਫਿਨਲੈਂਡ ਦੀ, ਅੱਜ ਫਸਟ ਧੁੱਪ ਸੀਗੀ ਅਤੇ
ਅੱਜ ਦੇ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਅੱਗੇ ਆਪਾਂ ਹੋਰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ। ਓਕੇ ਬਾਏ।